चैनल हैक हो गया, एस्ट्रोलॉजी हैक हो गया। मुझे लिटरली इस वक्त ਕਹਿੰਦੇ 2 या 3 बजे ਸੀ ਦੁਬਈ ਦੇ ਤੇ ਪਾਕਿਸਤਾਨ ਦੇ 4 ਦੇ ਜਦੋਂ ਆਪਣਾ ਹੈਕ ਹੋਇਆ ਸੀ ਰਾਤ ਦੇ ਵਜੇ ਸੀ 1 ਪਤਾ ਕਿਉਂਕਿ ਉਸ ਟਾਈਮ ਕੋਈ ਅਫੀਸ਼ੀਅਲ ਅਵੇਲੇਬਲ ਨਹੀਂ ਤਾਂ ਰਾਤ ਦਾ ਟਾਈਮ ਸਾਰੇ ਸੋ ਰਹੇ ਹੁੰਦੇ ਹੈ ਤੋ ਜੋ ਜੋ ਹਮ ਕਰ ਸਕਤੇ ਹਮਨੇ ਉਹ ਚੀਜ਼ ਕੀ ਹੈ ਤਾਂ ਕਿ ਅਕਾਊਂਟ ਵਾਪਸ ਆ ਜਾਏ ਹਮਨੇ ਜਲਦੀ ਸੇ ਜਲਦੀ 2-3 ਘੰਟੇ ਲੱਗ ਗਏ ਉਸ ਮੇ ਵੀ ਫਿਰ ਵੀ ਵੰਡੀ ਇੱਕ ਜੀਪ ਕਾਲੀ ਹੋਵੇ ਨਹੀਂ ਸਪੀਡ 40 ਬੀਟ ਇੰਟੈਂਸ ਵਾਲੀ ਫੇਰ ਗਮ ਸੈਟਿਆ Hey guys, welcome back to our channel ਜਨਮ ਪੰਜਾਬ ਟੀਵੀ ਐਕਸਟਰਾ ਮੈਂ ਤੁਹਾਡੇ ਦੋਸਤ ਰਮੇਸ਼ ਸਿੰਘ ਮੈਂ ਦਿਲਪ੍ਰੀਤ ਕੌਰ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇੱਕ ਪੋਡਕਾਸਟ ਪੁੱਠੀ ਟੋਪੀ ਗੈਂਗ ਤੁਹਾਡੇ ਪਾਕਿਸਤਾਨ ਦਾ ਇੱਕ ਬੈਂਡ ਹੈ ਜਿਹਦੇ ਵਿੱਚ ਰੈਪੋ ਇੱਕ ਉਹਨਾਂ ਦਾ ਗੈਂਗ ਮੈਂਬਰ ਹੈ ਉਹਦੇ ਨਾਲ ਆਪਾਂ ਕੀਤਾ ਪੋਡਕਾਸਟ ਆਪਣੇ ਮੇਨ ਚੈਨਲ ਤੇ ਪੰਜਾਬੀ ਰੀਅਲ ਟੀਵੀ ਤੇ ਜਾ ਕੇ ਦੇਖ ਲਓ ਸੁਣ ਲਓ ਗੱਲਾਂ ਸੋਹਣੀਆਂ ਚੱਜ ਦੀਆਂ ਤੇ ਵਧੀਆ ਵਿਚਾਰ ਨੇ ਜਾ ਕੇ ਸੁਣਿਆ ਕਰੋ ਦੇਖੋ ਫੈਮਿਲੀ ਨਾਲ ਸ਼ੇਅਰ ਕਰੋ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਹੈਗੀ ਵਲੌਗਰ ਜਿਹੜੇ ਵਲੌਗ ਲਵਰਸ ਹੈ ਉਹਨਾਂ ਦੇ ਲਈ ਡੱਕੀ ਬਾਈ ਦਾ ਵਲੌਗ ਨਹੀਂ ਅੱਜ ਸਿਸਟਰੋਲੋਜੀ ਜਿਹਨਾਂ ਦਾ ਆਪਾਂ ਵਿਆਹ ਦੇਖਿਆ ਸੀ ਠੀਕ ਹੈ ਉਹਨਾਂ ਦਾ ਚੈਨਲ ਪਿੱਛੇ ਜੇ ਹੈਕ ਹੋ ਗਿਆ ਬਈ ਚੈਨਲ ਦਾ ਸਾਡਾ ਵੀ ਹੈਕ ਹੋਇਆ ਸੀਗਾ ਠੀਕ ਹੈ ਅੱਜ ਤੋਂ ਸਾਲ ਪਹਿਲਾਂ ਹੈਨਾ ਹਾਂਜੀ ਪਿਛਲੇ ਸਾਲ ਹੀ ਹੋਇਆ ਸੀਗਾ ਹਾਂ ਤੇ ਮਾਰਚ ਵਿੱਚ ਠੀਕ ਹੋ ਗਿਆ ਸੀਗਾ ਮਤਲਬ ਕਿ ਨਾ ਬੰਦਾ ਹਿੱਲ ਜਾਂਦਾ ਜਦੋਂ ਚੈਨਲ ਹੈਕ ਹੁੰਦਾ ਤੇ ਹੁਣ ਦੇਖਦੇ ਹਾਂ ਕਿ ਉਹਨਾਂ ਦਾ ਚੈਨਲ ਹੈਕ ਹੋਇਆ ਤੇ ਉਹ ਤਾਂ ਦੁਬਈ ਗਏ ਹੋਏ ਸੀਗੇ ਨਵਾਂ ਸਾਲ ਮਨਾਉਣ ਦੇ ਉਹਨਾਂ ਦਾ ਕੀ ਰਿਐਕਸ਼ਨ ਸੀ ਚਲੋ ਦੇਖਦੇ ਹਾਂ ਆਪਕਾ ਚੈਨਲ ਹੈਕ ਹੋ ਗਿਆ ਐਸਟ੍ਰੋਲੋਜੀ ਹੈਕ ਹੋ ਗਿਆ ਅਸਲਾਮ ਅਲੈਕਮ ਐਵਰੀਵਨ ਦਿਸ ਇਜ਼ ਮੀ ਟ੍ਰਾਂਕਰ ਐਂਡ ਅੱਜ ਹਮ ਲੋਗ ਜੋ ਹੈ ਵੋ ਇੱਕ ਬੜੀ ਇੰਪੋਰਟੈਂਟ ਟਾਪਿਕ ਪਰ ਜੋ ਹੈ ਵੋ ਡਿਸਕਸ਼ਨ ਕਰਨੇ ਕੇ ਲਿਏ ਬੈਠੇ ਹਾਂ ਮੈਂ ਆਪਾ ਵੀ ਮੈਂ ਵੀ ਵੀਡੀਓ ਬਣਾਈ ਸੀ ਇਦਾਂ ਨਾ ਕੱਲ ਹਮਾਰਾ ਜੋ ਹੈ ਵੋ ਦੂਸਰਾ ਦਿਨ ਥਾ ਯੂਏਈ ਮੈਂ ਹਮ ਆਪਣਾ ਇੰਜੋਏ ਕਰ ਰਹੇ ਥੇ ਮੂਵੀ ਦੇਖ ਰਹੇ ਥੇ ਤੋ ਅਚਾਨਕ ਸੇ ਸਾਦ ਆ ਕੇ ਹਮ ਮੂਵੀ ਦੇਖ ਕੇ ਫ੍ਰੀ ਹੋ ਕੇ ਬਾਹਰ ਆਏ ਹਾਂ ਤੋ ਸਾਦ ਨੇ ਬਾਹਰ ਆ ਕੇ ਬੋਲਿਆ ਕਿ ਆਪਕਾ ਚੈਨਲ ਹੈਕ ਹੋ ਗਿਆ ਐਸਟ੍ਰੋਲੋਜੀ ਹੈਕ ਹੋ ਗਿਆ ਮੈਂ ਲਿਟਰਲੀ ਇਸ ਵਕਤ 1% कुछ फील नहीं हुआ नम हो गई थी बिल्कुल रात के आई गेस 2 या 3 बजे होते हैं यहाँ के 3 थे पाकिस्तान हाँ, हमें आइडिया नहीं था क्योंकि हम मूवी देख रहे थे वहाँ पे इंटरनेट नहीं था हमारे पास तो बेसिकली ना कोई कॉन्टैक्ट अच्छा ਰਾਤ ਨੂੰ ਕਹਿੰਦੇ 2 या 3 बजे ਸੀ ਦੁਬਈ ਦੇ ਤੇ ਪਾਕਿਸਤਾਨ ਦੇ 4 ਦੇ ਜਦੋਂ ਆਪਣਾ ਹੈਕ ਹੋਇਆ ਸੀ ਰਾਤ ਦੇ ਵਜੇ ਸੀ 1 ਮਤਲਬ ਇਹ ਨਾ ਤੁਸੀਂ ਰਾਤ ਨੂੰ ਧਿਆਨ ਰੱਖਿਆ ਕਰੋ ਸੀਰੀਅਸਲੀ ਯਾਰ ਮਤਲਬ ਮੈਂ 1:15 ਦੇ ਫੋਨ ਨੈੱਟ ਬੰਦ ਕਰਕੇ ਪਿਆ ਤੇ 1:20 ਤੇ ਚੈਨਲ ਹੈਕ ਹੋਇਆ ਸੀ ਤੇ 1:20 ਤੇ ਹੀ ਮੈਨੂੰ ਮੈਸੇਜਸ ਆਉਣ ਲੱਗ ਗਏ ਸੀ ਇੰਸਟਾਗ੍ਰਾਮ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਤੁਸੀਂ ਪਿਆਰ ਕਰਦੇ ਹੋ ਤੇ ਵੀ ਭਾਜੀ ਚੈਨਲ ਹੈਕ ਹੋ ਗਿਆ ਚੈਨਲ ਹੈਕ ਹੋ ਗਿਆ ਤੇ ਮੈਂ ਉਹ ਕੋਸਦਾ ਉਸ ਦਿਨ ਨੂੰ ਕਿ ਮੈਂ ਨੈੱਟ ਕਿਉਂ ਬੰਦ ਕਰਤਾ ਹੁਣ ਮੈਂ ਕਦੇ ਨਹੀਂ ਨੈੱਟ ਬੰਦ ਕੀਤਾ ਭਰਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਨੈੱਟ ਚੱਲਦਾ ਰਹਿੰਦਾ कुछ लोगों ने मुझे इंस्टाग्राम पे मैसेजेस किए हुए थे कि आप जाके चेक करें क्योंकि यहाँ पे ना इंटरनेट हर जगह सिम नहीं थी तो बस वो जो एक चीज थी ना वो उस वक्त को आई कांट फॉरगेट क्योंकि एक बहुत देर की मेहनत है ये कुछ 6 साल हो गए इस चैनल को बने हुए एंड वो एक टाइम के लिए ऐसे लगा सब खत्म हो गया वो सारी मेहनत पे पानी फिर गया बट फिर वही बात है कि जब आपने कभी किसी के साथ जाती नहीं होती आपकी अपनी मेहनत होती है तो अल्लाह ताला आपको उस चीज के लिए हिम्मत भी दे देता है और हल भी दे देता है तो फिर हम लोग जो है वो एक फ्रेंड की तरफ गए वहां पे हमने सिस्टम वगैरह ओपन किया बट अल्लाह का शुक्र है सिर्फ नाम शाम चेंज थे वीडियोस प्राइवेट थी वीडियोस डिलीट नहीं हुई थी जो कि मुझे था कि मेरी सारी जो मेहनत है वो डिलीट ना हो गई हो मैंने साथ में मिलके उसको रिकवर किया जितना जल्दी हम कर सकते थे बड़ी जितनी जल्दी जल्दी हमसे हो सकता था क्योंकि उस टाइम कोई ऑफिशियल अवेलेबल नहीं था रात का टाइम सारे सो रहे होते हैं तो जो जो हम कर सकते हमने वो चीज की है ताकि अकाउंट वापस आ जाए हमने जल्दी से जल्दी 2-3 घंटे लग गए उसमें भी फिर भी अकाउंट वापस आया हमारे पास रिकवर हुआ नाम थोड़ा बहुत चेंज आपको लग रहा होगा नाम चेंज लग रहा होगा क्योंकि वो किसी और ने क्लेम कर लिया हुआ था नाम वो डबल वाई करना पड़ा लेकिन अल्हम्दुलिल्लाह अल्लाह का शुक्र है वो हो गया वापस आ गया अब जैसे ही वापस आया हम थोड़े इजी हुए हैं हमें बाहर आके बैठे हैं बाहर आके तो अरीब एकदम ऐसे कि मैं अपना चैनल देखता हूँ ऐसे ही था हाँ चैनल देखा तो मेरा भी चैनल हैक हो गया और वो भी नाम भी चेंज वही सेम जो नाम उस बंदे ने एस्ट्रोलॉजी का रखा था वही उसका रख दिया अब मेरा मसला ये हो गया कि मेरी सिम नहीं चल रही थी इकरा की सिम चल रही थी इंटरनेशनल रोमिंग ऑन नहीं थी मेरे पे वेरिफिकेशन कोड नहीं आ रहा था हमने बड़ी कोशिश की पूरी रात लगे रहे कि किसी तरह सही हो जाए पर कॉल्स कर रहे हैं लाइंस पे कॉल कर रहे हैं किसी और नंबर से कि किसी तरह जो है ना वो जो सिम वाले हैं वो ऑन कर दें बट उनके भी आपको पता है कि 600 प्रोसीजर्स होते हैं वो इस क्रिटिकल टाइम में बड़ा मुश्किल था हमारे लिए उस चीज को मैनेज करना अभी एक चैनल की हम चीज से निकले थे कि दूसरे चैनल पे वही चीज आई थी ना तो मतलब
आप इस ट्रेन में थे कि ना ना आपको नींद आ रही थी ना आप जाग सकते थे, मतलब ये कंडीशन हो गई थी। और पूरी रात लग गई उसको सेट करते 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 करते, और अल्लाह का शुक्र है एट द एंड हमने अकाउंट रिकवर कर लिए, दोनों रिकवर कर लिए। ऑब्वियसली कोई वॉयलेशंस वगैरह हुई है क्योंकि कोई लाइव आया था, पता नहीं वो क्या कर रहा था, क्रिप्टो बिटकॉइन पता नहीं कोई स्ट्रीमिंग कर रहा था, क्रिप्टो चैनल वॉयलेशन में आता है कि नहीं आता, लोगों ने इन्फॉर्म किया हुआ था। हम लोग इंस्टा ज्यादा यूज कर ले रहे थे। और गाइस थैंक यू सो मच, जब मैंने स्टोरी लगाई मैंने फौरन आप लोगों को भी अपडेट किया जैसे वो सिचुएशन चल रही थी। लेकिन जिस तरह से आप लोगों ने मुझे दुआएं दी, जिस तरह से आपने मुझे प्यार दिया कि आपने परेशान नहीं होना, हमारी फैमिलीज के, गरीब की फैमिलीज के मैसेज आना स्टार्ट हो गए, मेरी फैमिली के मैसेज आना स्टार्ट हो गए कि परेशान नहीं होना, टेंशन नहीं लेनी। मेरे मुंह से बस दो चार बार मैंने ही पढ़ा ना लवन ना ले राजू कि लाइक अल्लाह ताला ही आपको एक चीज देता है, अल्लाह ताला ही वापस ले लेता है। तो वो चीजें ना मैं थोड़ा सा उस स्टेट में भी थी कि कुछ नहीं होगा, मेरे अंदर मुझे बोल रहा था कि हाँ कि इतना कुछ नहीं होगा जी, यानी कि जो एकदम से चीज चले जाए वो एक टाइम मैं आपको ना बता ही नहीं सकती कि वो टाइम क्या था जब का किस एस्ट्रोलॉजी गॉड हैक एंड जब हमने ओपन किया और हमारे 3.5 मिलियन फॉलोअर्स और कोई हमारी वीडियो नहीं और वीडियो किसी और की चल रही, वो टाइम सिचुएशन में नाम चेंज नाम कुछ मैं आपको नहीं बता सकती लोग क्या करते हैं, लोग क्यों करते हैं। वी आर बैक विद अनदर वीडियो ऑफ एस्ट्रोलॉजी बट इट्स नॉट अ फन वीडियो, इट्स एंड वो वाली वीडियो है कि जिसमें हम अपना दुख शेयर कर रहे हैं, हमेशा अपने हैप्पी मोमेंट्स शेयर करते हैं, लेकिन ये भी हमारा खुशी का मोमेंट है कि हम लोग हैक हो गए थे और फिर हम लोगों ने रिकवर कर लिया। बट थैंक यू सो मच गाइज आप लोगों के प्यार का। हैप्पी वीडियो कब आएगी? हैप्पी वीडियो इसके बाद इंशाल्लाह इस वीडियो को ज्यादा से ज्यादा ब्लॉग बना के मैं आपको वो ब्लॉग में ऐड करूंगी लाजमी। मैं ऐसे ब्लॉग करके मूवी देख के माया मैं सबको बता रही हूँ एकदम साथ आ कहता है कि अपना चैनल खोलो, वही मैं बंद की क्या हुआ उसके बाद ब्लॉग वगैरह उसके बाद ब्लॉग बनाया। जो लोग ये हरकतें करते हैं ना प्लीज वो ये सोचा करें कि किसी की कितनी मेहनत होती है उस पे। आप लोग तो एक मिनट में किसी के बारे में बुरा भी बोल देते हो, एक मिनट में आप किसी की चीज भी ले लेते हो, एक मिनट में आप किसी की सारी मेहनत पे पानी फेर देते हो, तो इस चीज का ख्याल रखो। मेरे ख्याल से कोई किसी का एक मिनट में कुछ नहीं लगता, ये अल्लाह के ऊपर है, अल्लाह के हाथों में होता है। हाँ नो डाउट बट द थिंग इज दैट इंसान जो है वो किसी दूसरे की खुशी की अगर वजह बन सकता है तो वो बनना चाहिए। अगर इस टाइम में मुझे वो लोग याद हैं जिन लोगों ने मुझे मैसेजेस किए हैं और मुझे कंट्रोल किया और मुझे बहुत सारा प्यार दिया, मेरा इंस्टाग्राम इस वक्त भरा हुआ है और मैं यकीन नहीं कर, मैं मतलब इस बात का बता नहीं सकती आपको कि मैं अंदर से कितनी सेटिस्फाइड थी कि यार एटलीस्ट आई अर्न द फैक्ट। सही है। अच्छा मैं वीडियो दान रोक ली क्योंकि वही गल है ਜਿਵੇਂ ਆਪਾਂ ਕੀਤੀਆਂ ਸੀ ਜਿਹੜੀਆਂ ਜਦੋਂ ਆਪਣਾ ਚੈਨਲ ਹੈਕ ਹੋਇਆ ਸੀਗਾ, ਕਿਉਂਕਿ ਜਿਹੜੇ ਆ ਸਬਸਕ੍ਰਾਈਬਰਸ ਆ ਨਾ ਇਹ ਬਹੁਤ ਵਧੀਆ ਯਾਰ, ਇਹ ਬਹੁਤ ਪਿਆਰ ਕਰਦੇ ਹੁੰਦੇ ਆ ਆਪਾਂ ਨੂੰ ਨਾ, ਅਤੇ ਆਪਾਂ ਨੂੰ ਦੇਖਦੇ ਆ ਜਿੱਦਾਂ ਉਹਨਾਂ ਨੇ ਕਿਹਾ ਕਿ ਇੰਸਟਾਗ੍ਰਾਮ 'ਤੇ ਮੈਸੇਜ ਆਉਣ ਲੱਗ ਗਏ, ਉਵੇਂ ਸਾਨੂੰ ਵੀ ਬਹੁਤ ਸਾਰੇ ਇੰਸਟਾਗ੍ਰਾਮ 'ਤੇ ਮੈਸੇਜ ਆਉਣ ਲੱਗ ਗਏ ਸੀਗੇ, ਅਤੇ ਉਸ ਤੋਂ ਬਾਅਦ ਰਿਕਵਰ ਵੀ ਕੀਤਾ। ਲੇਕਿਨ ਮੇਰਾ ਚੈਨਲ ਸੀ ਜਿਹੜਾ ਸਾਡਾ ਚੈਨਲ ਸੀ ਉਹ ਵਾਇਲੇਸ਼ਨ ਵਿੱਚ ਚਲਾ ਗਿਆ ਸੀਗਾ ਕਿਉਂਕਿ ਉਹ 'ਤੇ ਕ੍ਰਿਪਟੋਕਰੰਸੀ ਦੀ ਵੀਡੀਓ ਆ ਜਿਹੜੀ ਉਹ ਕਿਸੇ ਨੇ ਪਲੇ ਕੀਤੀ, ਲੇਕਿਨ ਇਹਨਾਂ ਦਾ ਚੈਨਲ ਵਾਇਓਲੇਸ਼ਨ ਵਿੱਚ ਨਹੀਂ ਗਿਆ। ਅੱਛਾ ਫਿਰ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਜ਼ਿਆਦਾ ਨਹੀਂ ਹੋਈ? ਨਹੀਂ, ਤਾਂ ਹੀ ਤਾਂ ਉਹਨਾਂ ਨੇ ਜਲਦੀ ਰਿਕਵਰ ਕਰ ਲਿਆ। ਹਾਂਜੀ ਆਪਣਾ ਆਈ ਥਿੰਕ 2 ਦਿਨ ਹੈਕ ਰਿਹਾ ਸੀ ਨਾ। ਹਾਂਜੀ ਉਹ ਇਸੇ ਕਰਕੇ ਕਿਉਂਕਿ ਯੂਟਿਊਬ ਨੇ ਬਾਅਦ ਵਿੱਚ ਬੰਦ ਕਰਤਾ ਸੀ ਉਹ, ਕਿਉਂਕਿ ਯੂਟਿਊਬ 'ਤੇ ਇੱਦਾਂ ਦੀ ਕ੍ਰਿਪਟੋ ਕਰੰਸੀ ਇੱਦਾਂ ਦੀਆਂ ਚੀਜ਼ਾਂ ਨਹੀਂ ਚਲਾ ਸਕਦੇ ਆਪਾਂ ਨਾ, ਪਰ ਜਿਹੜੇ ਹੈਕਰਸ ਆ ਉਹ ਚੀਜ਼ਾਂ ਕਰਦੇ ਆ ਹੁਣ, ਅਤੇ ਉਹ ਟਾਰਗੇਟ ਵੀ ਹਮੇਸ਼ਾ ਵੱਡੇ ਚੈਨਲਸ ਨੂੰ ਕਰਦੇ ਆ ਅਤੇ ਰਾਤ ਨੂੰ ਹੀ ਕਰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਇੰਡੀਆ ਪਾਕਿਸਤਾਨ 'ਚ ਰਾਤ ਹੈ, ਉਹ ਤਾਂ ਸੌ ਰਹੇ ਹੋਣੇ ਚਿੱਲ ਮਾਰ ਕੇ ਅਤੇ ਅਸੀਂ ਚੱਕ ਲਈਏ ਵੱਟੇ। ਯਾਰ ਕਿਸੇ ਦੀ ਮਿਹਨਤ ਹੁੰਦੀ ਹੈ ਇੰਨੇ ਸਾਲਾਂ ਦੀ, ਹੈ ਨਾ, ਸਾਡੀ ਵੀ ਮਿਹਨਤ ਆ, ਜਦੋਂ ਆਪਾਂ ਨੂੰ ਪਤਾ ਲੱਗਾ ਸੀਗਾ ਸਾਡੇ ਵੀ ਹੋਸ਼ ਉੱਡ ਗਏ ਸੀਗੇ, ਹੈ ਨਾ, ਅਸੀਂ ਵੀ ਇੱਕੋ ਦਮ ਮਤਲਬ ਪਾਗਲ ਹੋ ਗਏ ਸੀਗੇ ਕਿ ਯਾਰ ਆਹ ਕੀ ਹੋ ਗਿਆ ਵੀ, ਜਦੋਂ ਨਾਲੇ ਸਾਡੇ ਨਾ ਘਰ ਮੈਰਿਜ ਸੀਗੀ ਔਰ ਨਹੀਂ ਅਸੀਂ ਕਿਹਾ ਨਹੀਂ ਮੈਰਿਜ 'ਤੇ ਨਹੀਂ ਜਾਣਾ, ਦਿਮਾਗ ਖਰਾਬ ਹੋ ਗਿਆ ਸੀ ਬਹੁਤ ਜ਼ਿਆਦਾ। ਲੇਕਿਨ ਲਿਟਰਲੀ ਜਦੋਂ ਆਪਾਂ ਤੁਰਨਾ ਸੀਗਾ ਉਸ ਤੋਂ 2 ਘੰਟੇ ਪਹਿਲਾਂ, 2 ਘੰਟੇ ਪਹਿਲਾਂ 2 ਦਿਨ ਪਹਿਲਾਂ ਤਾਂ ਹੈਕ ਹੋਇਆ ਸੀ ਨਾ, 2 ਘੰਟੇ ਪਹਿਲਾਂ ਚੈਨਲ ਜਿਹੜਾ ਉਹ ਆ ਗਿਆ ਸੀ ਵਾਪਸ। ਫਿਰ ਅਸੀਂ ਖੁਸ਼ੀ ਖੁਸ਼ੀ ਵਿਆਹ 'ਤੇ ਗਏ, ਪ੍ਰੋਪਰ ਪ੍ਰਾਈਵੇਸੀਆਂ ਲਗਾ ਕੇ ਅਤੇ ਬਹੁਤ ਕੁਛ ਕਰਕੇ ਅਸੀਂ ਕਿਹਾ ਨਹੀਂ ਜਾਵਾਂਗੇ ਜੇ ਕੁਦਮ ਜਦੋਂ 2 ਘੰਟੇ ਪਹਿਲਾਂ ਹੋ ਗਿਆ ਫਿਰ ਤਿਆਰੀ ਕੀਤੀ, ਫਿਰ ਪੈਕਿੰਗ ਸ਼ੈਕਿੰਗ ਉਹ ਜਿਵੇਂ ਟੱਕੀ ਬਾਈ ਕਰਦਾ ਹੁੰਦਾ ਅੱਜ ਵਲੋਗ 'ਚ, ਉੱਦਾਂ ਹੀ ਕੀਤੀ ਬਸ ਬਸ ਅਸੀਂ ਵਲੋਗ ਨਹੀਂ ਬਣਾਇਆ। ਚਲੋ ਬੜੀ ਵਧੀਆ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦਾ ਚੈਨਲ ਵਾਪਸ ਆ ਗਿਆ, ਕਾਫੀ ਮਿਹਨਤ ਕੀਤੀ ਹੋਈ ਇਹਨਾਂ ਨੇ ਵੀ ਆਪਦੇ ਚੈਨਲ 'ਤੇ, ਜਿੱਦਾਂ ਕਹਿ ਰਹੇ 6 ਸਾਲ ਹੋ ਗਏ ਅਤੇ ਮਿਹਨਤ ਲੱਗਦੀ ਹੈ ਯਾਰ, ਹਰ ਚੀਜ਼ 'ਤੇ ਮਿਹਨਤ ਲੱਗਦੀ ਹੈ, ਵਿਦਆਊਟ ਹਾਰਡਵਰਕ ਤੁਸੀਂ ਤੁਹਾਨੂੰ ਉਹ ਚੀਜ਼ ਤੁਸੀਂ ਨਹੀਂ ਲੈ ਸਕਦੇ ਜੇ ਜੋ ਜਿਸ ਚੀਜ਼ ਤੁਸੀਂ ਚਾਹੁੰਦੇ ਹੋ। ਸੋ ਬਾਕੀ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਨੂੰ ਵੀ ਸਪੋਰਟ ਕਰਦੇ ਰਹਿੰਦੇ ਹੋ ਇੱਦਾਂ ਹੀ, ਅਤੇ ਬਾਕੀ ਜਿਹਨਾਂ ਨੇ ਇਹਨਾਂ ਦਾ ਚੈਨਲ ਹਜੇ ਤੱਕ ਨਹੀਂ ਦੇਖਿਆ ਜਾ ਕੇ ਦੇਖ ਲਿਓ, ਵੈਸੇ ਤਾਂ ਦੇਖਿਆ ਹੀ ਹੋਣਾ ਸਾਰਿਆਂ ਨੇ, ਅਤੇ ਸਾਨੂੰ ਵੀ ਸਬਸਕ੍ਰਾਈਬ ਕਰ ਲਓ। ਮਿਲੇ ਤੁਹਾਨੂੰ ਅਗਲੀ ਵੀਡੀਓ, ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।